आयबीएस रिकॉर्ड्स का धार्मिक उपराला वाहे गुरु सतनाम श्री वाहे सीस दिया पर सीना उचरी सीस दिया पर सीना उचरी दिया पार सीना उचरी सीस दिया पार सीना उचरी सीस दिया पार साधन हेत जिन करी साधन दिया पार सीना उचरी सीस दिया पार सीना उचरी सीस दिया पार सीना उचरी सीस दिया पार सीना उचरी तिलक जनू राखा प्रभुता का कीनो पटो कलू में साका तिलक जनू राखा प्रभुता का कीनो पटो कलू सीस दिया पार सीना उचरी 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 सीस दिया पार सदिया पार सीना उचरी सी सदिया पार सीना उचरी सी सदिया पार सीना उचरी सी सदिया पार सीना उचरी Thank you.
कर्म है तुसा का जिन किया शीश दिया पर सिर न दिया धर्म दिया पार सीना उचरी सीस 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 दिया Bye.
ਹਾਜ਼ਰ ਨਾਜ਼ਰ ਸਤਿਗੁਰੂ, ਪ੍ਰਤੱਖ ਸਤਿਗੁਰੂ, ਪ੍ਰਗਟ ਗੁਰਾਂ ਕੀ ਦੇਹ ਸਰੂਪ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਔਰ ਇਹ ਉਹ ਮਹਾਨ ਪਵਿੱਤਰ ਅਸਥਾਨ ਜਿਸ ਦੀ ਮਹਿਮਾ ਨਾ ਕੋਈ ਦੁਨੀਆ ਦੀ ਕਲਮ ਪੂਰੀ ਪੂਰੀ ਲਿਖ ਸਕਦੀ ਹੈ ਤੇ ਨਾ ਕੋਈ ਜ਼ੁਬਾਨ ਬੋਲ ਸਕਦੀ ਹੈ। ਇਹ ਉਹ ਧਰਤੀ ਹੈ। ਮੈਂ ਬੇਨਤੀ ਕਰਾਂ, ਇਹ ਉਹ ਮਹਾਨ ਅਸਥਾਨ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਹੀ ਸਰੂਪ ਵਿੱਚ ਆਪ ਹੀ ਵਲੀਨ ਹੋਏ ਰਹੇ, ਕਿਉਂਕਿ ਉਹ ਖੁਦ ਪਰਮਾਤਮਾ ਸਨ। ਮੇਰੇ ਮਨ ਚ ਆ ਰਿਹਾ ਸੀ ਸਤਿਗੁਰੂ ਜੀ ਨੇ ਅੱਜ ਕਿੰਨੀ ਮਹਾਨ ਬਖਸ਼ਿਸ਼ ਕੀਤੀ ਹੈ, ਸੰਸਾਰ ਤਰਸਦਾ ਹੈ ਇਸ ਅਸਥਾਨ ਦੀ ਧੂੜੀ ਨੂੰ ਮੱਥੇ ਲਾਉਣ ਲਈ, ਤੇ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਕੀਰਤਨ ਕਰਨ ਦਾ, ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸੰਸਾਰ ਤੇ ਬੜੇ ਰਹਿਬਰ ਹੋਏ, ਬੜੇ ਅਵਤਾਰ ਹੋਏ, ਬੜੇ ਪੈਗੰਬਰ ਹੋਏ, ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰ ਤੇ ਮੈਂ ਕਹਿੰਦਾ ਸਾਰੇ ਹੀ ਸਤਿਕਾਰਯੋਗ ਨੇ ਸਾਰੇ, ਕਿਉਂਕਿ ਸਾਡੇ ਗੁਰੂ ਨੇ ਕਿਸੇ ਦਾ ਨਰਾਦਰ ਕਰਨਾ ਸਾਨੂੰ ਸਿਖਾਇਆ ਹੀ ਨਹੀਂ, ਸਾਰੇ ਹੀ ਸਤਿਕਾਰਯੋਗ ਨੇ। ਪਰ ਗੁਰੂ ਨਾਨਕ ਦੇ ਘਰ ਵਰਗਾ ਦੁਨੀਆ ਤੇ ਕੋਈ ਘਰ ਨਹੀਂ ਜਿਹੜਾ, ਕੋਈ ਜਿਹੜੇ ਲੋਕ ਸਦੀਆਂ ਤੋਂ ਗੁਲਾਮ ਸਨ, ਗੁਲਾਮੀ ਦੀ ਜ਼ਿੰਦਗੀ ਬਸਰ ਕਰ ਰਹੇ ਸਨ, ਜਿਨ੍ਹਾਂ ਨੂੰ ਨੀਵੀਂ ਜਾਤ ਦੇ ਕਹਿ ਕੇ ਦੁਰਕਾਰ ਦਿੱਤਾ ਗਿਆ, ਜਿਨ੍ਹਾਂ ਲੋਕਾਂ ਨੂੰ ਨੀਵੀਂ ਜਾਤ ਦੇ ਕਹਿ ਕੇ ਸਮੇਂ ਦੇ ਹੁਕਮਰਾਨਾਂ ਨੇ ਦੁਰਕਾਰ ਦਿੱਤਾ, ਇਹ ਪੈਰ ਦੀ ਜੁੱਤੀ ਨਹੀਂ, ਇਹ ਕਿਹਾ ਤੇ ਗੁਰੂ ਨਾਨਕ ਦੇ ਘਰ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਾਇਆ। ਇਤਿਹਾਸ ਕਹਿੰਦਾ ਹੈ ਵੀ ਬਾਈ ਧਾਰ ਦੇ ਰਾਜੇ ਕਹਿੰਦੇ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ, ਸੱਚੇ ਪਾਤਸ਼ਾਹ ਅਸੀਂ ਅੰਮ੍ਰਿਤ ਛਕਾਂਗੇ, ਅਸੀਂ ਤੁਹਾਨੂੰ ਗੁਰੂ ਮੰਨ ਕੇ ਪੂਜਾਂਗੇ, ਪਰ ਇੱਕ ਗੱਲ ਕਰ ਦਿਓ, ਜਿਸ ਬਾਟੇ ਚੋਂ ਅਸੀਂ ਅੰਮ੍ਰਿਤ ਛਕਣਾ ਉਹ ਬਾਟਾ ਵੱਖਰਾ ਕਰ ਦਿਓ, ਜਿਹੜੀ ਪੰਗਤ ਚ ਬਹਿ ਕੇ ਅਸੀਂ ਪ੍ਰਸ਼ਾਦਾ ਛਕਣਾ ਉਹ ਪੰਗਤ ਵੱਖਰੀ ਲਾ ਦਿਓ, ਨੀਵੀਆਂ ਜਾਤਾਂ ਵਾਲੇ ਗਰੀਬ ਲੋਕ ਉੱਥੇ ਸਾਡੇ ਬਰਾਬਰ ਬੈਠੇ ਨਹੀਂ ਹੋਣੇ ਚਾਹੀਦੇ। ਮੈਂ ਬੇਨਤੀ ਕਰਾਂ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਏਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਮਹਾਰਾਜ ਚਾਹੁੰਦੇ
ਉਹਨਾਂ ਦਾ ਕਿਹਾ ਮਨ ਦੇ ਕਿਸੇ ਨੇ ਕਿੰਤੂ ਨਹੀਂ ਸੀ ਕਰਨਾ। ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਕਲਗੀਆਂ ਵਾਲੇ ਮਹਾਰਾਜ ਜੀ ਨੂੰ ਪਰਮੇਸ਼ਰ ਮੰਨਦੇ ਨੇ ਸਾਰੇ, ਪਰ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਮਨੁੱਖਤਾ ਨੂੰ ਬਰਾਬਰ ਕਰਨ ਲਈ ਸਾਰੇ ਆਜ਼ਾਦੀ ਦਾ ਨਿੱਘ ਮਾਣ ਸਕਣ, ਸਾਰੇ ਆਜ਼ਾਦੀ ਦੇ ਸਾਹ ਲੈ ਸਕਣ, ਏਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਉਹ ਸਮਾਂ ਸੀ ਜਦੋਂ ਕਸ਼ਮੀਰ ਦੇ ਪੰਡਿਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ 'ਚ ਰੋਏ, ਮੁਸਲਮਾਨ ਲੰਘਿਆ ਜਾਂਦਾ ਹੈ, ਹਿੰਦੂ ਦੇ ਘਰ ਵਿੱਚ ਨਿਗਾਹ ਪੈਂਦੀ ਹੈ, ਸਾਹਮਣੇ ਨੌਜਵਾਨ ਧੀ ਮੁਟਿਆਰ ਬੈਠੀ ਹੈ, ਧੱਕੇ ਨਾਲ ਬੂਹਾ ਖੁੱਲਦਾ ਹੈ। ਇਹ ਕਸ਼ਮੀਰ ਦੇ ਪੰਡਿਤ ਕਹਿ ਰਹੇ ਨੇ, ਦੱਸ ਰਹੇ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਰੋ ਰੋ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ। ਸਾਰਿਆਂ ਦੇ ਵੇਖਦਿਆਂ ਮੁਗਲ ਆਉਂਦਾ ਹੈ, ਜਵਾਨ ਬਹੁ ਬੇਟੀ ਨੂੰ ਬਾਂਹ ਤੋਂ ਪਕੜ ਕੇ ਲੈ ਜਾਂਦਾ ਹੈ, ਪਰਿਵਾਰ ਕਾਜੀ ਕੋਲ ਅਦਾਲਤ ਵਿੱਚ ਜਾਂਦਾ ਹੈ ਤੇ ਕਾਜੀ ਕੀ ਜਵਾਬ ਦਿੰਦਾ ਹੈ? ਅੱਜ ਵਰਗਾ ਮਾਹੌਲ ਥੋੜ੍ਹੀ ਹੈ। ਕਾਜੀ ਸਿੱਧਾ ਜਵਾਬ ਕਹਿੰਦਾ, ਇਸਲਾਮ ਕਬੂਲ ਕਰ ਲਓ, ਤੁਹਾਡੇ ਵਾਪਸ ਘਰੇ ਜਾਣ ਤੋਂ ਪਹਿਲਾਂ ਤੁਹਾਡੀ ਧੀ ਤੁਹਾਡੇ ਘਰੇ ਹੋਵੇਗੀ, ਤੇ ਜਦੋਂ ਹਿੰਦੂ ਪਰਿਵਾਰ ਸਮੇਤ ਗਰਦਨ ਨੀਵੀਂ ਕਰਦਾ ਹੈ, ਉਹਨਾਂ ਦੇ ਬੋਲਣ ਤੋਂ ਪਹਿਲਾਂ ਕਾਜੀ ਇਹ ਗੱਲ ਕਹਿ ਦਿੰਦਾ, ਕਹਿੰਦਾ ਭੁੱਲ ਜਾਓ। ਫਿਰ ਸਮਝ ਜਾਂਦਾ ਹੈ ਨਾ ਵੀ ਇਹ ਇਸਲਾਮ ਨਹੀਂ ਕਬੂਲ ਕਰਨਾ ਚਾਹੁੰਦੇ, ਕਹਿੰਦਾ ਭੁੱਲ ਜਾਓ। ਇੱਦਾਂ ਦਾ ਮਾਹੌਲ ਹੈ। ਪੰਡਿਤ ਰੋ ਰੋ ਕੇ ਕਹਿੰਦੇ ਨੇ, ਸੱਚੇ ਪਾਤਸ਼ਾਹ ਜਿਹੜੇ ਖੂਹਾਂ ਚੋਂ ਅਸੀਂ ਪਾਣੀ ਪੀਂਦੇ ਹਾਂ, ਉਹਨਾਂ ਖੂਹਾਂ ਵਿੱਚ ਮਰੇ ਹੋਏ ਪਸ਼ੂਆਂ ਦੇ ਹੱਡ ਸੁੱਟੇ ਜਾਂਦੇ ਨੇ ਸੱਚੇ ਪਾਤਸ਼ਾਹ, ਤੇ ਸਾਡੀਆਂ ਇਸਤਰੀਆਂ ਜਦੋਂ ਪਾਣੀ ਭਰਨ ਜਾਂਦੀਆਂ ਨੇ ਤੇ ਜਦੋਂ ਵੇਖਦੀਆਂ ਨੇ ਮਰੇ ਹੋਏ ਪਸ਼ੂ ਤਰਦੇ ਫਿਰਦੇ ਨੇ, ਉਹ ਜਦੋਂ ਵਾਪਸ ਮੁੜਨ ਲੱਗਦੀਆਂ ਨਾ ਖਾਲੀ ਉਦਾਂ ਹੀ, ਤੇ ਜਰਵਾਣੇ ਲੋਕ ਧੱਕੇ ਨਾਲ ਉਹਨਾਂ ਦੇ ਘੜਿਆਂ ਚ ਪਾਣੀ ਭਰਦੇ ਨੇ, ਆਪ ਭਰਵਾਉਂਦੇ ਨੇ, ਉਹਨਾਂ ਦੇ ਸਿਰਾਂ ਤੇ ਰੱਖ ਕੇ ਘਰੇ ਨਾਲ ਆਉਂਦੇ ਨੇ, ਔਰ ਪਰਿਵਾਰ ਵਾਲਿਆਂ ਨੂੰ ਉਹ ਪਾਣੀ ਪੀਣ ਲਈ ਮਜਬੂਰ ਕਰਦੇ ਨੇ, ਪਿਆ ਕੇ ਘਰੋਂ ਜਾਂਦੇ ਨੇ। ਇੰਨੀ ਦੁਰਗਤ ਮਹਾਰਾਜ ਸਾਡੀ, ਸਾਡੀ ਜ਼ਿੰਦਗੀ ਨਰਕ ਨਾਲੋਂ ਬੱਤਰ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਅੱਜ ਦੁਨੀਆਂ ਤੇ ਕੋਈ ਆਸਰਾ ਨਹੀਂ ਸਾਨੂੰ ਦੀਦਾ, ਕਿਰਪਾ ਕਰੋ ਸਾਡੇ ਤੇ। ਆਪਾਂ ਸੁਣ ਰਹੇ ਸੀ ਨਾ ਹੁਣੇ, ਇੱਕ ਬੰਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਹਿਲੇ ਸਰੂਪ ਗੁਰੂ ਨਾਨਕ ਮਹਾਰਾਜ ਇਸ ਜੰਨੂ ਨੂੰ ਆਪਣੇ ਗਲ ਚ ਨਹੀਂ ਧਾਰਨ ਕਰਦੇ, ਕਹਿੰਦੇ ਅਸੀਂ ਪਾਇਆ ਹੈ। ਕਿਹੜਾ ਜੰਨੂ? ਦਇਆ ਦਾ ਜਿਹੜਾ ਗੁਣ ਹੈ, ਸੰਤੋਖ ਦਾ ਜਿਹੜਾ ਗੁਣ ਹੈ ਸਾਡੇ ਕੋਲ, ਕਰੈਕਟਰ ਦਾ ਗੁਣ ਹੈ, ਜੱਤ ਦਾ ਤੇ ਸੱਚ ਦਾ ਸਾਡੇ ਕੋਲ ਜਿਹੜਾ ਗੁਣ, ਇਹ ਜਨੇਊ ਅਸੀਂ ਪਾਇਆ ਹੈ, ਸਾਨੂੰ ਇਹ ਪਾਉਣ ਦੀ ਲੋੜ ਨਹੀਂ। ਪਰ ਅੱਜ ਜੇ ਜਨੇਊ ਨੂੰ ਧਾਰਨ ਕਰਨ ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰ ਤੇ ਗਿੜਗਿੜਾ ਰਹੇ ਨੇ, ਤੇ ਗੁਰੂ ਤੇਗ ਬਹਾਦਰ ਮਹਾਰਾਜ ਆਪਣਾ ਸੀਸ ਕੁਰਬਾਨ ਕਰ ਦਿੰਦੇ ਨੇ। ਮੈਂ ਵਿਚਾਰ ਆਰੰਭ ਕੀਤੀ ਸੀ, ਪੈਗੰਬਰ ਅਵਤਾਰ ਔਲੀਏ ਰਿਸ਼ੀ ਮੁਨੀ ਬੜੇ ਤੇ ਸਾਰੇ ਸਤਿਕਾਰਯੋਗ ਨੇ, ਪਰ ਗੁਰੂ ਨਾਨਕ ਦੇ ਘਰ ਵਰਗਾ ਕੋਈ ਘਰ ਨਹੀਂ ਦੁਨੀਆ ਤੇ। ਗੁਰੂ ਨਾਨਕ ਦੇ ਘਰ ਤੋਂ ਪਹਿਲਾਂ ਇਹ ਨਾਰਾ ਕਦੀ ਨਹੀਂ ਕਿਸੇ ਨੇ ਸੁਣਿਆ ਨਾ ਗੂੰਜਿਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਪਹਿਲਾਂ ਕਦੀ ਨਹੀਂ ਆਇਆ ਜੀ। ਇਤਿਹਾਸ ਕਹਿੰਦਾ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਕਸ਼ਮੀਰੀ ਪੰਡਿਤ ਰੋ ਰਹੇ ਨੇ, ਪਰ ਮਹਾਰਾਜ ਇੰਨੇ ਦਿਆਲੂ ਨੇ, ਉਹਨਾਂ ਦੀਆਂ ਮਿੰਨਤਾਂ, ਉਹਨਾਂ ਦੇ ਤਰਲੇ, ਉਹਨਾਂ ਦੇ ਉੱਪਰ ਜੋ ਬੀਤ ਰਹੀ ਹੈ ਉਹ ਸੁਣਦੇ ਹੋਏ ਦੀਨ ਦਿਆਲ ਪਾਤਸ਼ਾਹ ਜੀ ਦੇ ਨੇਤਰਾਂ ਵਿੱਚੋਂ ਵੀ ਵੈਰਾਗ ਦਾ ਜਲ ਆ ਰਿਹਾ।
ਮੈਂ ਥੋੜੇ ਦਿਨ ਹੋਏ, ਕਾਫੀ ਪਹਿਲੋਂ ਵੀ ਇੱਕ ਵਾਰੀ ਉਹ ਵੀਡੀਓ ਵਾਇਰਲ ਹੋਈ ਸੀ, ਹੁਣ ਫਿਰ ਦੁਬਾਰਾ ਆਈ। ਕੋਈ ਵਿਦਵਾਨ ਪੰਡਿਤ ਨੇ, ਕਿਸੇ ਮੰਦਿਰ ਦੇ ਪੁਜਾਰੀ ਨੇ ਤਿਲਕ ਉਹਨਾਂ ਨੇ ਆਪਣੇ ਮੱਥੇ ਚ ਲਾਏ ਨੇ, ਵੀਡੀਓ ਬਣਾਈ ਉਹਨਾਂ ਨੇ ਆਪਣੀ ਆਪ, ਜਨੇਊ ਉਹਨਾਂ ਨੇ ਪਾਇਆ ਏ, ਧੋਤੀ ਤਿਲਕ ਸਾਰੇ ਲਾਏ ਨੇ, ਔਰ ਇਹ ਉਹਨਾਂ ਦੇ ਅਲਫਾਜ਼ ਨੇ ਵੀਡੀਓ ਦੇ ਵਿੱਚ ਉਹ ਬੋਲ ਰਹੇ ਨੇ, ਆਪਣੀ ਸਰਕਾਰ ਨੂੰ ਕਹਿ ਰਹੇ ਨੇ, ਭਾਰਤ ਦੀ ਸਰਕਾਰ ਨੂੰ ਕਹਿ ਰਹੇ ਨੇ ਵੀ ਮੈਂ ਕਹਿੰਦਾ 15 ਅਗਸਤ ਵਾਲੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਕੈਬਨਿਟ ਸਮੇਤ ਲਾਲ ਕਿਲੇ ਤੇ ਤਿਰੰਗਾ ਨਹੀਂ ਲਹਿਰਾਉਣ ਜਾਣਾ ਚਾਹੀਦਾ। ਉਹ ਹਿੰਦੂ ਪੰਡਿਤ ਬੋਲ ਰਹੇ ਨੇ, ਬਜ਼ੁਰਗ ਨੇ, ਸ਼ਾਇਦ ਤੁਹਾਡੇ ਵਿੱਚੋਂ ਵੀ ਕਈਆਂ ਨੇ ਉਹ ਵੀਡੀਓ ਦੇਖੀ ਹੋਵੇ। ਉਹ ਕਹਿੰਦਾ ਮੈਂ ਕਹਿੰਦਾ ਮੰਦਿਰ ਦੇ ਵਿੱਚ ਖਲੋਤੇ ਨੇ, ਵੀਡੀਓ ਬਣ ਰਹੀ ਹੈ ਵੀ 15 ਅਗਸਤ ਜਿੱਦਣ ਆਜ਼ਾਦੀ ਦਾ ਦਿਨ ਹੁੰਦਾ ਹੈ ਨਾ, ਉਦਣ ਲਾਲ ਕਿਲੇ ਤੇ ਤਿਰੰਗਾ ਨਹੀਂ ਲਹਿਰਾਉਣਾ ਚਾਹੀਦਾ, ਉਦਣ ਭਾਰਤ ਦੇ ਪ੍ਰਧਾਨ ਮੰਤਰੀ ਨੂੰ, ਰਾਸ਼ਟਰਪਤੀ ਨੂੰ, ਸਮੁੱਚੀ ਸਰਕਾਰ ਦੇ ਸਮੇਤ ਸ੍ਰੀ ਸੀਸ ਗੰਜ ਸਾਹਿਬ ਜਾ ਕੇ ਲੰਮੇ ਪੈ ਕੇ ਡੰਡੌਤ ਕਰਨੀ ਚਾਹੀਦੀ ਹੈ, ਸਾਨੂੰ ਆਜ਼ਾਦੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਚੋਂ ਮਿਲੀ। ਭਾਰਤ ਜੇ ਆਜ਼ਾਦ ਹੈ, ਅੱਜ ਆਜ਼ਾਦ ਹਸਤੀ ਹੈ, ਇੱਕ ਵੱਖਰੀ ਹਸਤੀ ਮਾਣ ਰਿਹਾ ਹੈ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕੁਰਬਾਨੀ ਦਾ ਸਦਕਾ। ਤੇ ਮੈਂ ਬੇਨਤੀ ਕਰਾਂਗਾ ਅੱਜ ਜਿਨ੍ਹਾਂ ਜ਼ਮੀਨਾਂ ਜਾਇਦਾਦਾਂ ਦੇ ਅਸੀਂ ਮਾਲਕ ਹਾਂ, ਇਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕੁਰਬਾਨੀ ਵਿੱਚੋਂ ਨਿਕਲੀ ਹੋਈ ਉਹ ਬਖਸ਼ਿਸ਼ ਹੈ। ਧੰਨ ਗੁਰੂ ਕਲਗੀਆਂ ਵਾਲੇ ਨੇ ਇੱਕ ਵੈਰਾਗੀ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਗੁਰਬਖਸ਼ ਸਿੰਘ ਬਣਾ ਕੇ ਜਿਹਨੂੰ ਸਤਕਾਰਿਆ ਤੇ ਨਵਾਜਿਆ ਗਿਆ ਪੰਥ ਵੱਲੋਂ, ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿ ਕੇ ਸਨਮਾਨਿਆ ਗਿਆ, ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਕੁਰਬਾਨੀਆਂ ਕਰਕੇ, ਸਾਡੀਆਂ ਵੱਡ ਪੁਰਖਿਆਂ ਨੇ ਸ਼ਹਾਦਤ ਦੇ ਜਾਮ ਪੀਤੇ, ਬਾਬਾ ਬੰਦਾ ਸਿੰਘ ਬਹਾਦਰ ਤਖਤ ਤੇ ਬੈਠਾ। ਆ ਜਿਨ੍ਹਾਂ ਜ਼ਮੀਨਾਂ ਜਾਇਦਾਦਾਂ ਦੇ ਅਸੀਂ ਕੇਵਲ ਕਾਮੇ ਸੀ, ਕੇਵਲ ਕੰਮ ਕਰਨ ਵਾਲੇ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੇ ਵੱਡ ਪੁਰਖਿਆਂ ਦੇ ਨਾਂ ਤੇ ਇਹ ਜ਼ਮੀਨਾਂ ਅਲਾਟ ਕਰ ਦਿੱਤੀਆਂ। ਅੱਜ ਸਾਡੇ ਪਿੰਡ ਵੱਸਦੇ ਨੇ, ਅੱਜ ਅਸੀਂ ਆਪਣੀਆਂ ਪਿੰਡਾਂ ਸ਼ਹਿਰਾਂ ਜ਼ਮੀਨਾਂ ਜਾਇਦਾਦਾਂ ਦੇ ਵਿੱਚ ਰਹਿ ਰਹੇ ਹਾਂ, ਸੁੱਖ ਭੋਗ ਰਹੇ ਹਾਂ। ਮੈਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਚੋਂ ਇਹ ਬੇਨਤੀ ਕਰਦਾ, ਇਹ ਜੋ ਕੁਝ ਵੀ ਸਾਨੂੰ ਮਿਲਿਆ ਹੈ ਇਹ ਸਾਡਿਆਂ ਸ਼ਹੀਦਾਂ ਨੇ ਸਾਨੂੰ ਪ੍ਰਾਣ ਨਿਸ਼ਾਵਰ ਕਰਕੇ ਬਖਸ਼ਿਆ ਹੈ। ਸਮਾਂ ਬੜਾ ਸੀਮਤ ਹੈ, ਆਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਫਿਰ ਉਹ ਬਚਨ ਪੜ੍ਹ ਕੇ, ਸਾਧਨ ਹੇਤ ਇਤਿ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਤੇ ਇੱਕ ਵਾਰੀ ਅੱਜ ਗੁਰੂ ਸਾਹਿਬ ਨੇ ਤਰਸ ਕੀਤਾ ਹੈ ਸਾਡੇ ਤੇ, ਖਾਸ ਕਰਕੇ ਇਸ ਦਰ ਤੇ ਕੀਰਤਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਤੇ ਕਲਗੀਆਂ ਵਾਲੇ ਦੇ ਉਹ ਬਚਨ ਆਪਾਂ ਮਿਲ ਕੇ ਪੜ੍ਹਨੇ ਨੇ, ਤੇਗ ਬਹਾਦਰ ਸਿਮਰਿਆ ਕਰ ਨਉ ਨਿਦ ਆਵੈ ਤਾਏ ਸਭ ਥਾਈ ਹੋਏ ਸਹਾਇ। ਮੈਂ ਖਬਰ ਬੜੀ ਮੁਸ਼ਕਲਾਂ ਤੋਂ ਪਰਿਵਾਰ 7-8 ਸਾਲ ਤੋਂ ਮਾਤਾ ਆਪਣੇ ਪੁੱਤਰ ਨੂੰ ਲੈ ਕੇ ਬਾਬਾ ਬਕਾਲਾ ਸਾਹਿਬ ਇਸ ਦਰ ਤੇ ਆਉਂਦੀ ਹੈ ਤੇ ਬੱਚੇ ਨੂੰ ਝੋਲੀਆਂ ਭਰਦੀਆਂ ਨੇ ਨਾ, ਇੱਥੇ ਬੱਚੇ ਨੂੰ 7 ਨੰਬਰ ਦੀ ਐਨਕ ਲੱਗੀ ਹੈ। ਮੈਂ ਪੜ੍ਹੀ ਇੱਥੋਂ ਦੀ ਖਬਰ, ਬੜੀਆਂ ਸਟੇਜਾਂ ਤੇ ਬੇਨਤੀ ਕੀਤੀ ਹੈ, ਸ਼ਰਧਾ ਦੇ ਨਾਲ ਵਿਸ਼ਵਾਸ ਨਾਲ ਮਾਤਾ ਆਪਣੇ। ਮੈਂ ਬੇਨਤੀ ਕਰਾਂ 3 ਨੰਬਰ ਦੀ ਵੀ ਐਨਕ ਲੱਗੀ ਹੋਵੇ ਨਾ ਤੇ ਕਿਤੇ ਲੱਥ ਜੇ ਦਿਖਾਈ ਨਹੀਂ ਦਿੰਦਾ ਬੰਦੇ ਨੂੰ, ਤੇ 7 ਨੰਬਰ ਦੀ ਬੱਚੇ ਨੂੰ ਐਨਕ ਲੱਗੀ ਹੈ
ਸਾਲਾਂ ਤੋਂ ਇਸ ਦਰ ਤੇ ਹਾਜ਼ਰੀਆਂ ਭਰ ਰਹੀ ਹੈ, ਸਾਲਾਂ ਤੋਂ ਸਿੱਧਕ ਹੈ ਸਿੱਖ ਦਾ। ਮੈਂ ਬੇਨਤੀ ਕਰਾਂ ਅੱਜ ਸਾਡੇ ਵਿੱਚ ਇੰਨੀ ਕੁ ਸ਼ਰਧਾ ਏ, ਦੋ ਚਾਰ ਮੱਸਿਆ ਸੁੱਖ ਲਈਏ, ਪੂਰੀਆਂ ਨਾ ਹੋਣ ਤੇ ਆਪਾਂ ਬਾਬਾ ਲੱਭਦੇ ਫਿਰਦੇ। ਬਾਬਾ ਕੋਈ ਵੀ ਫਲਾਣੀ ਥਾਂ ਤੇ ਜਾਂਦੇ ਸੀ, ਮੱਸਿਆ ਬੜੀਆਂ ਨਾਤੀਆਂ ਨੇ ਉੱਥੇ, ਪਰ ਗੱਲ ਨੀ ਬਣੀ। ਫਲਾਣਿਆਂ ਕੋਈ ਬਾਬਾ ਨੀ ਹੈਗਾ ਧਵਾਗੇ ਤਵੀਤ ਵਾਲਾ, ਉਹਦੇ ਕੋਲ ਗੱਲ ਬਣ ਗਈ। ਅੱਜ ਦਾ ਦਿਨ ਸਾਨੂੰ ਸਿੱਖਿਆ ਦਿੰਦਾ, ਜੇ ਸਿੱਖੀ ਇਹ ਨਹੀਂ ਸਿੱਖੀਏ ਜੇ ਵੀ ਮਤੀ ਦਾਸ ਨੂੰ ਦੋਵਾਂ ਤਖਤਿਆਂ ਦੇ ਨਾਲ ਬੰਨਿਆ, ਦੋਵਾਂ ਤਖਤਿਆਂ ਨਾਲ ਤੇ ਜਲਾਦ ਆਰਾ ਲੈ ਕੇ ਬੈਠੇ ਨੇ ਸਾਹਮਣੇ, ਤੇ ਕਾਜੀ ਪੁੱਛਦਾ ਏ ਮਤੀ ਦਾਸ ਕੋਈ ਅੰਤਮ ਇੱਛਾ ਹੀ ਦੱਸ ਦੇ। ਤੇ ਭਾਈ ਮਤੀ ਦਾਸ ਜੀ ਕਹਿੰਦੇ ਅੰਤਮ ਇੱਛਾ ਇਹ ਹੈ, ਜਿਸ ਵੇਲੇ ਮੇਰੇ ਸਰੀਰ ਸਿਰ ਤੇ ਆਰਾ ਰੱਖੋ ਤੇ ਮੇਰੇ ਸਰੀਰ ਚ ਚੱਲੇ ਆਰਾ, ਬਸ ਮੇਰੀ ਇਹ ਇੱਛਾ ਪੂਰੀ ਕਰ ਦਿਓ, ਜਦੋਂ ਮੈਂ ਸ਼ਹਾਦਤ ਦਾ ਜਾਮ ਪੀਵਾਂ ਨਾ, ਜਦੋਂ ਮੇਰੇ ਸਰੀਰ ਨੂੰ ਆਰਾ ਚੀਰਦਾ ਹੋਵੇ, ਉਸ ਵੇਲੇ ਮੇਰਾ ਮੁੱਖ ਸਾਹਮਣੇ ਪਿੰਜਰੇ ਵਿੱਚ ਬੈਠੇ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਕਰ ਦਿਓ। ਮੇਰੇ ਮਨ ਦੀ ਇੱਛਾ ਏ ਮੈਂ ਸ਼ਹਾਦਤ ਦਾ ਜਾਮ ਪੀਵਾਂ, ਆਪਣੇ ਗੁਰੂ ਦੇ ਦਰਸ਼ਨ ਕਰਦਾ। ਜਿਹੜੇ ਕਹਿੰਦੇ ਮੱਸਿਆ ਸੁਖੀ ਪੂਰੀ ਨਹੀਂ ਹੋਈ, ਬਾਬਾ ਲੱਭ ਲਈਏ, ਵਿਸ਼ੇਸ਼ ਕਰਕੇ ਧਿਆਨ ਨਾਲ ਉਹਨਾਂ ਗੁਚਰਾ ਬਚਨ ਜੇ, ਇਹ ਉਹ ਘਰ ਹੈ। ਇੱਥੇ ਕੋਈ ਦੁਨਿਆਵੀ ਲਾਲਚ ਨਹੀਂ ਵੀ ਬਾਜ਼ਾਰ ਨਾਲੋਂ ਆਹ ਸਸਤਾ ਲੈ ਲਓ ਇੱਥੇ ਆ ਜਾਓ, ਫਲਾਣੀ ਚੀਜ਼ ਵੀ ਬਾਜ਼ਾਰ ਨਾਲੋਂ ਸਸਤੀ ਮਿਲਦੀ ਜੇ, ਆਹ ਸਹੂਲਤ ਜੇ, ਝੋਲੀਆਂ ਸਭ ਦੀਆਂ ਹੀ ਭਰਦੀਆਂ ਨੇ। ਪਰ ਇੱਥੋਂ ਦਾ ਵਿਧਾਨ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਮਾਤਾ ਲੈ ਕੇ ਆ ਰਹੀ ਹੈ ਸਾਲਾਂ ਤੋਂ ਬੱਚੇ ਨੂੰ, ਤੇ ਉਹ ਸਾਹਮਣੇ ਭੋਰਾ ਸਾਹਿਬ ਦਾ ਸਥਾਨ। ਉਹ ਦਿਨ ਆਇਆ ਬੱਚਾ ਆਪਣੀ ਮਾਤਾ ਦੇ ਨਾਲ ਮੱਥਾ ਟੇਕ ਰਿਹਾ ਭੋਰਾ ਸਾਹਿਬ, ਤੇ ਮੱਥਾ ਟੇਕਦਿਆਂ ਐਨਕਾਂ ਡਿੱਗ ਪਈਆਂ, ਤੇ ਬੱਚੇ ਨੇ ਇਹ ਨਹੀਂ ਕਿਹਾ ਜਾਂ ਉਹਨੇ ਯਤਨ ਨਹੀਂ ਕੀਤਾ ਵੀ ਮੇਰੀਆਂ ਥੱਲੇ ਐਨਕਾਂ ਡਿੱਗ ਪਈਆਂ ਮੈਂ ਲੱਭ ਕੇ ਲਾ ਲਾਂ, ਇੱਦਾਂ ਹੀ ਕਰੀਦਾ ਨਾ ਵੀ ਐਨਕਾਂ ਡਿੱਗ ਪਈਆਂ ਲਾ ਲਓ, ਉਸੇ ਵੇਲੇ ਲੱਭ ਕੇ ਫੜ ਕੇ ਲਾ ਲਓ। ਤੇ ਜਾਂ ਬੱਚਾ ਆਪਣੀ ਮਾਂ ਨੂੰ ਆਵਾਜ਼ ਦਿੰਦਾ ਵੀ ਮੇਰੀ ਐਨਕ ਡਿੱਗ ਪਈ ਹੈ, ਪਰ ਉਦਣ ਕੀ ਬਖਸ਼ਿਸ਼ਾਂ ਕੀਤੀਆਂ ਗੁਰੂ ਤੇਗ ਬਹਾਦਰ ਮਹਾਰਾਜ ਨੇ, ਬੱਚੇ ਦੀਆਂ ਐਨਕਾਂ ਡਿੱਗੀਆਂ ਤੇ ਬੱਚੇ ਨੇ ਆਪਣੀ ਮਾਂ ਨੂੰ ਆਖਿਆ ਮਾਂ ਮੈਨੂੰ ਸਭ ਕੁਝ ਦਿਸਣ ਲੱਗ ਪਿਆ। ਤੇ ਸਾਡੇ ਉੱਥੋਂ ਦੇ ਸਤਿਕਾਰਤ ਪ੍ਰਬੰਧਕ ਨੇ ਫਿਰ ਪ੍ਰਬੰਧ ਨੇ ਉਸ ਬੱਚੇ ਦਾ ਸਨਮਾਨ ਕੀਤਾ। ਮੈਂ ਬੇਨਤੀ ਕਰਾਂ, ਇਹ ਤੇ ਕਦੀ ਕਦੀ ਇੱਦਾਂ ਕੋਈ ਗੱਲ ਮੀਡੀਏ 'ਚ ਆ ਜਾਂਦੀ ਹੈ ਨਾ, ਇੱਥੇ ਪਤਾ ਨਹੀਂ ਕਿੰਨੀਆਂ ਕੁ ਝੋਲੀਆਂ ਭਰਦੀਆਂ ਨੇ, ਤੇ ਗੁਰੂ ਕੇ ਪਿਆਰ ਵਾਲੇ ਉਸ ਝੋਲੀ ਨੂੰ ਇੱਦਾਂ ਘੁੱਟ ਕੇ ਤੇ ਆਪਣੇ ਘਰ ਨੂੰ ਚਲੇ ਜਾਂਦੇ। ਇਹ ਤੇ ਗਿਣਤੀ ਨਹੀਂ ਕੋਈ ਨਾ, ਇਹ ਕੋਈ ਗਿਣਤੀ ਨਹੀਂ, ਇਹ ਉਹ ਦਰ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਤੇਗ ਬਹਾਦਰ ਸਾਹਿਬ ਜੀ ਦਾ ਪਿਆਰ ਚ ਨਾ ਹੀ ਲੈ ਲੈ ਬਸ, ਆਪਣੀ ਰਸਨਾ ਦੇ ਨਾਲ ਪਿਆਰ ਵਿੱਚ ਆ ਕੇ ਬਸ ਇੰਨਾ ਹੀ ਕਹਿ ਦੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਬਸ ਇੰਨਾ ਹੀ ਪਿਆਰ ਵਿੱਚ ਆ ਕੇ ਕਮੀ, ਕਿਉਂਕਿ ਇੱਥੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਇੱਥੇ ਵਿਖਾਵਾ ਨਹੀਂ ਚੱਲਦਾ ਬਿਲਕੁਲ। ਮੇਰੇ ਗੁਰੂ ਨੂੰ ਭੁੱਖ ਹੈ, ਭਾਈ ਗੁਰਦਾਸ ਜੀ ਕਹਿੰਦੇ ਗੋਬਿੰਦ ਭਾਓ ਭਗਤ ਦਾ ਭੁੱਖਾ, ਤੂੰ ਇੰਨਾ ਹੀ ਕਹਿ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਵੀ ਤੂੰ ਪਿਆਰ ਵਿੱਚ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਂ ਹੀ ਲੈ ਲੈ ਬਸ, ਘਰ ਨੌ ਨਿਤ ਆਵੈ ਧਾਏ, ਮੰਗਣਾ ਤੇ ਤੇਰੀ ਜ਼ਿੰਦਗੀ ਦਾ ਕੀ, ਤੂੰ ਦਾਤਾ ਬਣ ਜਾਏਗਾ ਦਾਤਾ, ਸਭ ਥਾਈ ਹੋਏ ਸਹਾਏ। ਆਓ ਬੜੇ ਪਿਆਰ ਨਾਲ ਇਹ ਬਚਨ ਪੜ੍ਹ ਕੇ ਫਿਰ ਸਮਾਪਤੀ ਹੈ। ਬੜੇ ਪਿਆਰ ਤੇਗ ਬਹਾਦਰ ਸਿਮਰਿਆ
ਦਰਿਆ ਪਾਰ ਸੀ ਸਭ ਥਾਈ ਹੋਏ ਸਹਾਰੇ ਸਭ ਥਾਈ